हाँ जी भाई जी, सारे सत श्रीकाल जी। संदीप डेयरी फार्म का बहुत बहुत वेलकम है जी। आदि विजन भी जोड़ा हैगी पिंड बिठवा जी, जिला गुरदासपुर पैंदा। अज फिर आप फौजी साहब को आए जी, ठीक है जी। बहुत वधिया पशु हुंदे बाई उहनां कोल जी। अज फिर इन्हां कोल कुछ पशु सेल है जी। हुण आप बाई उहनां नाल गलबात करते हैं जी, आप की प्राइज ते की मेहनत रिकॉर्ड आ। उस तो पहले भीर जी, रिक्वेस्ट करना तुहानूं कि जिहड़े वीर पहले वीडियो वेख रहे आ उन्होंने मेरा रिक्वेस्ट है कि अपने चैनल को सबसक्राइब कर जी, तो घंटे बटन जरूर दबाने ता कि तो नवी वीडियो आ सके। भी जी एक होर रिक्वेस्ट आ, इतने आओ जी, दो टाइम चवाई करो, पास करो, आज पूरी तसली ने पशु खरीदो। हम आप बाई जी ने गलबात करते हैं जी। हम आप हाँ जी भाई जी, सत श्रीकाल जी। सत श्री अकाल संदीप जी, सत श्री अकाल, बहुत बहुत धन्यवाद जिया नू इस बिठवा पिंड बहुत ही वेलकम। थोड़ा बहुत बहुत धन्यवाद भाई जी। होर सुनाओ भाई जी। बस ठीक ठाक है वीर जी, बहुत वधिया टाइम लग गया थोड़ा, हम सड़कां पुड़कां जिहड़ियां हाँ जी आंदियां गईयां ने हाँ जी हाँ जी अटैच कर दो सर। हुण विच पहलां थोड़ा भज्जे फिरदे रहे घट्टे मिट्टी दे कंबाइन दे, मगर हाँ जी हाँ जी उस तों बाद च हुण हो गए आ, हुण फिर कणकां बिजाई दे मगर पै गए। हाँ जी बिल्कुल, बिजाई बिजुई हो गई आ ते हुण मतलब तुहानूं सिद्धी गल्ल दे विच 10 दिन टाइम नहीं लगा, उदां दियां उह जिहड़े इक वीडियो पाई उस तों बाद फिर तुहानूं आ हुण वी तुसीं अचानक ਤੁਸੀਂ ਤਾਂ ਮੈਂ ਤਾਂ ਤੁਹਾਡਾ ਹਾਲ ਚਾਲ ਪੁੱਛਣ ਵਾਸਤੇ ਫੋਨ ਮਾਰਿਆ। ਹਾਂ ਜੀ ਹਾਂ ਜੀ ਤੁਸੀਂ ਕਹਤਾ ਵੀ ਇੱਥੇ ਆਏ ਹੋਏ ਆ, ਪੱਡੇ ਆਏ ਹੋਏ ਪੱਡੇ ਆਏ ਜੀ, ਤੇ ਮੈਂ ਕਿਹਾ ਵੀ ਚਲੋ ਜੇ ਆਏ ਹੋ ਤੇ ਲੱਗੇ, ਫਿਰ ਹੁਣ 5-4 ਦਿਨ ਫਿਰ ਲੰਘ ਜਾਣੇ। ਹਾਂ ਜੀ ਤੇ ਝੋਟੀਆਂ ਜਾਂਦੀਆਂ ਨੇ, ਝੋਟੀਆਂ 2 ਹੀ ਆਈਆਂ ਸੀ। ਅੱਛਾ ਜੀ, ਇੱਕ ਤੇ ਝੋਟੀਆਂ ਹਜੇ ਹੁਣੇ ਉਤਰੀ ਹੈ ਝੋਟੀ, ਉਤਰੀ ਹੈ ਜੀ ਇਹ, ਠੀਕ ਹੈ ਜੀ, ਠੀਕ ਹੈ ਜੀ। ਤੇ ਮੈਂ ਡਾਊਨ ਹੀ ਕੀਤੇ ਉਹ ਝੋਟੀ ਹੋ ਗਈ 2 ਦਿਨਾਂ ਦੀ, ਠੀਕ ਹੈ ਜੀ। ਤੇ ਉਹ ਤੇ ਹੁਣ ਪਤਾ ਹੁੰਦਾ ਤਾਂ ਚੋਂਦੇ ਹੀ ਨਾ, ਲੇਕਿਨ ਉਹ ਝੋਟੀ ਚੋਣੀ ਜੇ ਆਹ ਝੋਟੀ ਚੋਣ ਵਾਲੀ ਹੈ। ਅੱਛਾ ਇਹ ਚੋਣ ਵਾਲੀ ਹੈ, ਠੀਕ ਹੈ ਜੀ, ਠੀਕ ਹੈ ਜੀ। ਕਿਉਂਕਿ ਸੰਦੀਪ ਜੀ ਆਪਾਂ ਝੂਠ ਝਾੜ ਬੋਲਣਾ ਮੈਨੂੰ ਗੁੱਸਾ ਚੜਦਾ ਵੀ ਜਿਹੜਾ ਬੰਦਾ ਝੂਠ ਬੋਲਦਾ। ਬਿਲਕੁਲ ਭਾਜੀ, ਸੱਚੀ ਗੱਲ ਕਹਿ ਦੋ, ਕੋਈ ਗੱਲ ਨਹੀਂ, ਜਿਹੜਾ ਕੰਮ ਮਤਲਬ ਕਿਸੇ ਨੂੰ ਵਾਰਾ ਖਾਂਦੀ ਕਿਸੇ ਨੇ ਤੇ ਚੀਜ਼ ਲੈਣੀ। ਹਾਂਜੀ ਹਾਂਜੀ ਭਾਜੀ, ਬਾਕੀ ਵੈਰਾਈਟੀ ਤੁਹਾਨੂੰ ਪਤਾ ਵੀ ਆਪਾਂ ਲਿਆਉਣੀ ਵੈਰਾਈਟੀ ਹੁੰਦੀ ਆ, ਵੈਰਾਈਟੀ ਲੈ ਕੋਈ ਮਤਲਬ ਟੋਟਲ ਦਾ ਡੰਗਾ ਕੋਕਾ ਪੀਸ ਹੀ ਕੱਟ ਕੇ ਲੈਣਾ, ਜਿਹੜਾ ਕੱਟ ਪੀਸ ਆ ਉਹ ਹੀ ਲਵਾਂਗੇ। ਹਾਂ ਬਿਲਕੁਲ, ਤੇ ਕਿਉਂਕਿ ਮਾਰੇ ਡੰਗੇ ਤੋਂ ਇੱਥੇ ਖੜਨਾ ਹੀ ਬੜਾ ਪੀਸ ਲਈ, ਵੀਡੀਓ ਤਾਂ ਮੈਂ ਜ਼ਰੂਰ ਬਣਾਈ। ਹਾਂਜੀ ਪਰ ਭਾਅ ਵੀ ਚੰਗਾ ਸੀ, ਬਹੁਤ ਲੋਕੀ ਮੇਰੇ ਨਾਲ ਲੜੇ ਵੀ ਬਾਈ ਜੀ ਅਸੀਂ ਖਾਣੀ ਆ, ਅਸੀਂ ਖਾਣੇ, ਕਿਉਂਕਿ ਭਾਅ ਬੜਾ ਵੱਤਰ ਭਾਅ ਵਾਲੇ ਵੱਤਰ ਦੇ, ਤੇ ਵੱਤਰ ਦੇ ਭਾਅ ਦੀ ਗੱਲ ਹੁੰਦਾ ਵਾ ਵੀ ਚਲੋ ਹਰ ਬੰਦਾ 72 ਬੰਦਾ ਵੀ ਇਹਨਾਂ ਡੰਗਰ ਲੈ ਜਾਂਦਾ ਲੈ ਸਕਦਾ। ਹਾਂਜੀ ਤੇ ਚੰਗਾ ਡੰਗਰ ਜਿਹੜਾ ਵਾ ਨਾ, ਤੇ ਸੁਨੀਲ ਜੀ ਤੁਸੀਂ ਆਪ ਸਿਆਣੇ ਦੇ ਫਿਰ ਥੋੜਾ ਮਹਿੰਗਾ ਮਿਲ, ਉਹ ਮਹਿੰਗੇ ਮਿਲ, ਸਹੀ ਗੱਲ ਹੈ ਜੀ ਬਿਲਕੁਲ ਜੀ। ਤੇ ਮਾੜੇ ਡੰਗਰ ਤੇ ਚਲੋ ਫਿਰ ਬਾਅਦ ਚ ਲੋਕ ਕਹਿੰਦੇ ਜੀ ਮਾੜਾ ਨਿਕਲਿਆ, ਉਹ ਜੀ ਇਹ ਆ ਵੀ ਚੰਗੀ ਚੀਜ਼ ਹੀ ਦਿਓ ਤੇ ਫਿਰ ਕਿਸੇ ਦਾ ਲਾਮਾ ਲਾ। ਹਾਂਜੀ ਭਾਜੀ, ਹਾਂਜੀ ਠੀਕ ਹੈ ਜੀ। ਤੇ ਬਾਕੀ ਕੁਝ ਲੋਕਾਂ ਦੇ ਦਿਮਾਗ 'ਚ ਇਹ ਵਿਸ਼ਾ ਵਾ ਹੁਣ ਸਿਆਲ ਆ ਗਿਆ ਜੀ, ਹਾਂਜੀ ਹੁਣ ਜੀ ਡੰਗਰ ਟੁੱਟ ਗਿਆ, ਟੁੱਟ ਗਿਆ, ਹਰਿਆਣੇ ਦੇ ਵਿੱਚ ਡੰਗਰ ਨਹੀਂ ਜੇ ਟੁੱਟਾ, ਨਹੀਂ ਟੁੱਟਿਆ, ਸਹੀ ਗੱਲ, ਠੀਕ ਹੈ ਜੀ। ਕਿਉਂ ਨਹੀਂ ਟੁੱਟਾ ਕਿ ਸੋਨੇ ਦਾ ਮੁੱਲ ਭਾਵੇਂ ਮੀਂਹ ਪਵੇ ਭਾਵੇਂ ਬੱਦਲ ਆਉਣ, ਹਾਂਜੀ ਭਾਵੇਂ ਧੁੱਪ ਲੱਗੀ ਆ, ਹਾਂਜੀ ਸੋਨੇ ਦਾ ਰੇਟ ਨਹੀਂ ਜੇ ਘਟਦਾ, ਨਹੀਂ ਘਟਦਾ, ਸਹੀ ਗੱਲ। ਰੇਟ ਕਿਦਾ ਘਟਦਾ ਜਿਹੜਾ ਡੰਗਰ ਮਾੜਾ ਵਾ, ਹਾਂਜੀ ਥੋੜਾ ਸੁਵਿਆਂ ਜਵਾ ਉਸ ਡੰਗਰ ਦਾ ਰੇਟ ਘਟਦਾ ਘਟਦਾ, ਸਹੀ ਗੱਲ। ਦੇਖੋ ਸੋਨੇ ਦਾ ਰੇਟ ਇਹ ਜਿਹੜੀ ਕੀ ਚੰਗੀ ਚੀਜ਼ ਕਿਸੇ ਲੈਣੀ ਆ ਤਾਂ ਉਹਦਾ ਰੇਟ ਤਕਰੀਬਨ ਉਹ ਰਲਦਾ ਮਿਲਦਾ ਹੈ, ਮਿਲਦਾ ਰਲਦਾ ਮਿਲਦਾ, ਸਹੀ ਗੱਲ ਹੈ, ਠੀਕ ਹੈ ਜੀ, ਹਾਂਜੀ। ਤੇ ਬਾਕੀ ਚਲੋ ਕੋਸ਼ਿਸ਼ ਇਹ ਕਰੀਦੀ ਆ ਵੀ ਮਾੜਾ ਡੰਗਰ ਕਿਸੇ ਨੂੰ ਨਾ ਦਈਏ, ਚੰਗੀ ਚੀਜ਼ ਖਰੀਦੀ ਦੀ ਆ, ਚੰਗੀ ਚੀਜ਼ ਦਈਦੀ ਆ, ਹਾਂਜੀ ਠੀਕ ਹੈ। ਕੱਲ੍ਹ ਹੀ ਇੱਕ ਇਹ ਨਾਲ ਇੱਕ ਉਹ ਪਰਲੀ ਮਹੀਨੇ ਨਾਲ ਇੱਕ ਝੋਟੀ ਹੋਰ ਆਈ, ਹਾਂਜੀ ਉਹ ਗੱਬਣ ਝੋਟੀ, ਅੱਛਾ ਜੀ, ਬਟਾਲੇ ਤੋਂ ਵੀਰੀ, ਹਾਂਜੀ ਉਹ ਕਹਿੰਦੇ ਵੀ ਵੀਰ ਜੀ ਖੜਨੀ ਆਪਾਂ ਇਹੋ, ਹਾਂਜੀ ਠੀਕ ਆ, ਮੈਂ ਕਿਹਾ ਵੀ ਯਾਰ ਲੈ ਜਾਓ ਕੋਈ ਗੱਲ ਨਹੀਂ। ਤੇ ਉਹਨਾਂ ਨੇ ਬਸ ਦੋ ਹੀ ਗੱਲਾਂ ਕੀਤੀਆਂ ਮੇਰੇ ਨਾਲ, ਮੈਂ ਰੁਪਈਆ ਮੰਗਿਆ ਸਾਰਾ 75,000, ਹਾਂਜੀ ਉਹਨਾਂ 72,000 ਮੈਨੂੰ ਰੁਪਈਆ ਦਿੱਤਾ, ਨਗਦ ਪੈਸੇ ਦਿੱਤੇ, ਲੈ ਗਾਂਗੇ, ਹਾਂਜੀ। ਗੱਲ ਕੀ ਹੁੰਦੀ ਹੈ ਵੀ ਉਹਨਾਂ ਪਤਾ ਵੀ ਸਜਾਈ ਆ, ਸਜਾਈ ਆ, ਮੈਂ ਵੀ ਦੀ ਦਿਨ ਲੈਂਦੀ ਜੇ 5, ਹਾਂਜੀ 25-30 ਦਿਨ ਟਾਈਮ ਹੋਣਾ ਇਹ ਪੂਰਾ, ਉੱਤੇ ਲੈ ਜਾਓ 2 ਦਿਨ, ਉੱਤੇ ਲੈ ਜਾਓ 1 ਦਿਨ, ਉੱਤੇ ਲੈ ਜਾਓ 3 ਦਿਨ, ਹਾਂਜੀ ਉੱਤੇ ਭਾਵੇਂ ਜਾਂਦੇ ਸੂਬੇ ਜਾਂਦੇ ਸੂਬੇ, ਮੈਂ ਇਹ ਗੱਲ ਨਹੀਂ ਕਰਦੀ, ਦੂਜਾ ਸੂਬਾ ਜੇ ਮੈਂ ਸੱਚੀ ਗੱਲ ਦੱਸਦੀ ਅਗਲੇ ਨੂੰ। ਬਿਲਕੁਲ ਭਾਜੀ ਬਿਲਕੁਲ, ਕੱਲ੍ਹ ਦਾ ਫੋਨ ਆਉਂਦਾ ਪਰਸੋਂ ਕਹਿੰਦਾ ਭਾਜੀ ਬਹੁਤ ਵਧੀਆ ਗੱਲ ਤੁਸੀਂ ਕੀਤੀ, ਹਾਂਜੀ ਤੇ ਉਹ ਵਿੱਚ ਫਿਰ ਇੱਕ ਝੂਠ ਬੋਲਾਂਗੇ ਨਾਲ 100 ਝੂਠ ਹੋਰ ਬੋਲਾਂਗੇ ਤੇ ਫਿਰ ਉਹ ਝੂਠ, ਬਿਲਕੁਲ ਝੂਠ ਰਹਿਣਾ, ਹਾਂਜੀ ਭਾਜੀ ਹਾਂਜੀ। ਮੈਂ ਪਿਛਲੇ ਦੇ ਆਖਿਆ ਕਿ ਰੇਤਾ ਦੀ ਖਾਂਦੀ ਜਿਹੜੀ ਉਹ ਥੋੜਾ ਟਾਈਮ ਖੜੀ ਰਹਿੰਦੀ, ਹਾਂਜੀ ਹਾਂਜੀ, ਚੰਗਾ ਪਿੱਲਰ ਕੱਢ ਲਓ ਭਾਵੇਂ 10, 50, 20 ਜਿੰਨੀਆਂ ਮਰਜ਼ੀ ਮਜਲਾਂ ਨਾਲ ਕੱਢ ਲਓ, ਸਹੀ ਸਹੀ ਗੱਲ ਹੈ ਇਸ ਕਰਕੇ ਹਾਂਜੀ ਪਿੱਲਰ ਚੰਗਾ ਹੀ ਕੱਢਣਾ, ਹਾਂਜੀ ਬਿਲਕੁਲ ਜੀ। ਤੇ ਬਾਕੀ ਆ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਘਰ ਘਰ ਵੀਡੀਓ ਬਣਾਉਂਦੇ ਜੀ, ਹਾਂਜੀ ਹਾਂਜੀ ਘਰ ਘਰ ਜਾਂਦੇ ਜੀ, ਠੀਕ ਹੈ ਜੀ, ਯਾਰ ਕਿੱਦਾਂ ਦਾ ਡੰਗਰ ਆ ਤੇ ਪਹਿਲਾ ਸੂਆ ਹੀ ਹੈ ਜੀ ਇਹ ਸੁਨੀਲ ਜੀ ਝੋਟੀ ਹੈ ਇਹਦੇ ਪਹਿਲਾ ਸੂਆ, ਹਾਂਜੀ ਅਜੇ ਝੋਟੀ ਮਤਲਬ 4 ਦੰਦ ਪੂਰੇ ਨਹੀਂ ਕੀਤੇ, ਅੱਛਾ ਜੀ, ਦੰਦਾਂ ਦੇ ਤੋਂ ਮਤਲਬ 2 ਦੰਦ ਤੋਂ ਤਾਂ ਵਾ ਤੇ 4 ਦੇ ਵਿੱਚ ਵਾ, ਠੀਕ ਹੈ ਜੀ, ਠੀਕ ਹੈ ਜੀ, ਹਾਂਜੀ। ਬਾਕੀ ਪਤਲੀ ਬੁੱਠੀ ਦੀ ਹਰ ਬੰਦਾ ਬਰੀਡਰ ਜਿਹੜਾ ਚੀਨ ਫੜਦਾ, ਹਾਂਜੀ ਪਤਲੀ ਬੁੱਠੀ ਜੇ ਪਤਲਾ ਹੀ ਸਿੰਗ ਵਾ, ਹਾਂਜੀ ਠੀਕ ਹੈ ਜੀ, ਹਾਂਜੀ ਪ੍ਰੋਬਲਮ ਦਈ ਆ ਹੁਣੇ ਉਤਰੀ ਆ, ਹਾਂਜੀ ਹਾਂਜੀ ਠੀਕ ਠਾਕ ਹੋਇਆ ਜੀ, ਹਾਂਜੀ। ਤੇ ਬਾਕੀ ਕੁਆਲਿਟੀ ਦੀ ਇਹਦੇ ਆਪ ਦੇ ਪੀਸੀ
540 ਦੀ ਠੀਕ ਹੈ ਜੀ ਠੀਕ ਹੈ ਜੀ ਕਿਉਂ ਮੈਂ ਸਟਾਕ ਵੀ ਨਾਲ ਲੈ ਗਿਆ ਔਰ ਬੈਗ ਬੂਗ ਚ ਅੰਦਰ ਪਿਆ ਵਾ ਠੀਕ ਹੈ ਜੀ ਠੀਕ ਹੈ ਅਤੇ ਦੂਜੀ ਗੱਲ ਇਹ ਆ ਜੀ ਜਿਹੜੀ ਮਗਰ ਦੇ ਮਗਰ ਜੇ ਕੱਟੀ ਅੱਛਾ ਜੀ ਕੱਟੀ ਜੇ ਆ ਜੇ ਅੱਛਾ ਆਹ ਕੱਟੀ ਹੈ ਆਹ ਵੇਖ ਲਓ ਤੁਸੀਂ ਆਪ ਚੈੱਕ ਕਰ ਲਓ ਦੰਦਾਂ ਜੇ 8 ਦਿਨ ਦਾ ਬੱਚਾ ਜੇ ਹਾਂਜੀ ਹਾਂ ਫਿਰ ਬੋਟਾ ਜਾਂਦਾ ਜੀ 18 ਦਿਨ ਕੱਟੀ ਹਾਂਜੀ ਹਾਂਜੀ ਕੱਟੀ ਜੇ 75 ਕੱਟੀ ਰਿਕਾਰਡ ਫਿਰ ਨਾਲ ਸਾਰਾ ਲੈ ਗਿਆ ਮੈਂ ਨਾਲ ਲੈ ਜਾਉਂਦਾ ਇਹੋ ਤੇ ਵਿੱਚ ਪੈੜ ਵਾ ਹਾਂਜੀ ਹਾਂ ਕੱਟੀ ਦਾ ਕੱਦ ਵੇਖ ਲਓ ਮਾਂ ਨਾਲੋਂ ਬੇਲ ਰੱਖੋ ਕੱਟੀ ਦੀ ਹਾਂਜੀ ਹਾਂ ਬਿਲਕੁਲ ਜੀ ਠੀਕ ਆ ਜੀ ਤੁਸੀਂ ਕੱਟੀ ਦੀ ਬੇਲ ਇੰਨਾ 18 ਦਿਨਾਂ ਦਾ ਕਿਤੇ ਹੈ ਨਹੀਂ ਸਹੀ ਸਹੀ ਦੁੱਧ ਵੀ ਉਹੋ ਹੀ ਛੱਡਦੇ ਹਰਿਆਣੇ ਦੇ ਆਪਾਂ ਦੁੱਧ ਵੀ ਨਹੀਂ ਛੱਡਦੇ ਹਾਂਜੀ ਹਾਂ ਮੈਂ ਗੱਲਾਂ ਕਰਦਾ ਸੱਚੀ ਸਹੀ ਸਹੀ ਗੱਲ ਹੈ ਜੀ ਮੈਂ ਨਾ ਚੱਡਾ ਵੇਖ ਲਓ ਹਾਂਜੀ ਕਿੱਥੇ ਕਿੱਥੇ ਥਣ ਲੱਗਾ ਬਿਲਕੁਲ ਮੁੱਠੀ ਵਾਲਾ ਥਣ ਜੇ ਖੋਲੋ ਜੀ ਠੀਕ ਆ ਜੀ ਹਾਂਜੀ ਹਾਂ ਬਿਲਕੁਲ ਜੀ ਬਾਕੀ ਧਾਰਾ ਸੰਦੀਪ ਜੀ ਉਂਗਲ ਜਿੰਨੀ ਮੋਟੀ ਉਂਗਲ ਜਿੰਨੀ ਮੋਟੀ ਹੈ ਜੀ ਬਾਲਟੀ ਜੋ ਵਿੱਚ ਵੱਜਦੀ ਹੈ ਬਾਲਟੀ ਸਾਡੋਂ ਥੱਲਾ ਹਿਲਦਾ ਛਾ ਕਰਦਾ ਅੱਛਾ ਜੀ ਛਿੱਕ ਤਾਂ ਮਾਰਦਾ ਵੀ ਤੁਹਾਨੂੰ ਪ੍ਰੈਸ਼ਰ ਨਾ ਪੈਂਦੀ ਹੈ ਵਾਹ ਜੀ ਵਾਹ ਠੀਕ ਹੈ ਤੇ ਯਾਰ ਥੋੜੇ ਛੋਟੀ ਦਰਨ ਰਹੀ ਆ ਕਿਉਂਕਿ ਇਹ ਪਹੁੰਚੀ ਆ ਲਿਆਓ ਲਿਆਓ ਜੀ ਲਿਆਓ ਬਿਲਕੁਲ ਜੀ ਹਾਂਜੀ ਹਾਂ ਬਲ ਆ ਚਲੋ ਜੀ ਜਿਹਦੇ ਘਰ ਜਾ ਕੇ ਜਾਊਗੀ ਕਈ ਤੇ ਪਾ ਲਾ ਜੂਗੀ ਝੋਕੀ ਆਈ ਆ ਬਿਲਕੁਲ ਜੀ ਠੀਕ ਹੈ ਜੀ ਬਾਕੀ ਸੰਦੀਪ ਜੀ ਥਾਣ ਦੇਖੋ ਏਡਾ ਮੋਟਾ ਥਾਣ ਮੈਂ ਪਹਿਲਾਂ ਤਾਂ ਨਹੀਂ ਦੇਖਿਆ ਬਿਲਕੁਲ ਬਹੁਤ ਸੋਹਣਾ ਥਾਣ ਲੱਗਾ ਜੀ ਦੇਖੋ ਫੁੱਟ ਫੁੱਟ ਦਾ ਗੈਪ ਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਤੇ ਵਰਾਟੀ ਦਾ ਬਸ ਇੰਨਾ ਹੀ ਫਰਕ ਹੁੰਦਾ ਹੋਰ ਕੀ ਫਰਕ ਬਿਲਕੁਲ ਜੀ ਭਾਜੀ ਬਿਲਕੁਲ ਤੇ ਆਪਣੇ ਮਨ ਤਾਂ ਵਧੀਆ ਬਾਕੀ ਮਿਲਕ ਰਿਕਾਰਡ ਵੀ ਚਲੋ ਚੰਗਾ ਝੋਟੀ ਦਾ ਹਾਂਜੀ ਹਾਂਜੀ ਸੰਦੀਪ ਜੀ ਪਹਿਲਾਂ ਕੱਟੀ ਥੱਲੇ ਮੈਂ ਮੱਝਾਂ ਬੜੀਆਂ ਦਿੱਤੀਆਂ ਇੱਕ ਪਹਿਲਾਂ ਵੇਚੀ ਸੀ 15 ਲੀਟਰ ਆਈ ਹਾਂਜੀ ਇਹਦੇ ਥੱਲੇ ਬਹੁਲਾ ਹੀ 13 ਲੀਟਰ ਇਹਦੇ ਥੱਲੇ ਹੈ ਜੀ ਆਹ ਵੀ 7 ਦਿਨਾਂ ਦੀ ਕੱਟੀ ਆ ਹਾਂਜੀ 7 ਦੀ ਲਾ ਲਓ 8 ਦੀ ਲਾ ਲਓ ਹਾਂਜੀ ਤੇ ਅਜੇ ਬੋਲਾ ਕੱਚਾ ਬੋਲਾ ਵਾ ਹਾਂਜੀ ਹਾਂ ਉਤੋਂ ਦਾ ਮੈਂ ਕਿਹਾ ਗਰਮ ਕਰੋ ਦੁੱਧ ਹਾਂਜੀ ਹਾਂਜੀ ਉਹਨਾਂ ਗਰਮ ਕੀਤਾ ਤੇ ਬੋਲਾ ਵਿੱਚ ਫੁੱਟ ਮਣ ਗਿਆ ਹਾਂਜੀ ਹਾਂਜੀ ਇਹ ਕਿ ਕੱਚਾ ਹੀ ਬੋਲਾ ਜੇ 13 ਲੀਟਰ ਝੋਟੀ ਲਾ ਦੋ 13 ਕਿਲੋ ਦਾ ਤਿਆਰ ਆ ਜੀ ਠੀਕ ਹੈ ਜੀ ਠੀਕ ਤੇ ਬਾਕੀ ਧਾਰ ਬੜੀ ਮੋਟੀ ਜੀ ਉਹਦਾ ਠੰਡੀ ਹੈ ਕੱਟੀ ਹਾਂਜੀ ਹਾਂਜੀ ਹੁਣ ਪਰੌਂਦਾ ਡੰਗਰ ਹਨਾ ਹਾਂਜੀ ਹਾਂਜੀ ਪਰੌਂਦਾ ਪਰੌਂਦਾ ਦੂਜੇ ਥਾਂ ਜਾ ਕੇ ਬਿਲਕੁਲ ਜੀ ਬਿਲਕੁਲ ਇਹ ਤਾਂ ਫਿਰ ਪਸ਼ੂ ਆ ਪਸ਼ੂ ਆ ਜੀ ਆ ਕੇ ਸਿੰਘ ਬਰੀਕ ਆ ਬੂਥੀ ਬਰੀਕ ਆ ਕੱਦ ਚੰਗਾ ਵਾ ਪੂਛ ਜਿਹੜੀ ਆ ਵਾਲ ਜੇ ਇੰਨੇ ਹਾਂਜੀ ਹਾਂ ਪੂਛ ਉਹੋ ਹੀ 6 ਇੰਚੀ ਆ ਹਾਂਜੀ ਹਾਂ ਲੇਕਿਨ ਇਹਦੇ ਨਾਲ ਵਾਲਾਂ ਨੂੰ ਐਲਾਨ ਦੇ ਵੀ ਖਰੇ ਫੋਟੋ ਸਹੀ ਗੱਲ ਹਾਂਜੀ ਬਿਲਕੁਲ ਜੀ ਬਿਲਕੁਲ ਆਹ ਮਰੋੜ ਦੋ ਤੇ ਆਹ 6 ਇੰਚ ਰਹਿ ਗਈ ਹਾਂਜੀ ਹਾਂ ਸਹੀ ਸਹੀ ਗੱਲ ਹੈ ਹਾਂਜੀ ਤੇ ਬਾਕੀ ਮੋਹਰਾਂ ਦੀ ਜਿਹੜੀ ਕੋਈ 6-7 ਇੰਚ 8-9 ਇੰਚ ਤੱਕ ਜਿਹੜੇ ਬ੍ਰੀਡਰ ਕਹਿੰਦੇ ਆ ਹਾਂਜੀ ਕੋਈ ਹੋਣੀ ਡਾਕਟਰ ਵੀ ਇਹ ਗੱਲ ਕਹਿੰਦੇ ਵੀ ਮੋਹਰੇ ਦੇ ਵਿੱਚ ਕੋਈ ਚੱਕਰ ਨਹੀਂ ਠੀਕ ਹੈ ਜੀ ਪਿਓਰ ਕੱਟੀ ਹੈ ਜਿਹੜਾ ਵੀ ਬੰਦਾ ਕੱਟੀ ਲੈ ਜੂਗਾ ਜਲਦ ਸਹੀ ਗੱਲ ਹੈ ਜੀ ਬਿਲਕੁਲ ਤੇ ਕੀਮਤ ਬਾਈ ਫਿਰ ਇਹਦੀ ਕੀਮਤ ਬਾਈ ਦੀ ਕਰਾਉਣ ਨੂੰ ਤਾਂ ਭਾਵੇਂ ਦਾ 1.5 ਲੱਖ ਕਰਾ ਲਾ ਹਾਂਜੀ ਭਾਵੇਂ ਦਾ 1-40 ਕਰਾ ਲਾ ਹਾਂਜੀ ਪਰ ਆਪਾਂ ਜਾਇਜ਼ ਕੰਮ ਕਰਾਂ ਹਾਂ ਸਹੀ ਗੱਲ ਨਹੀਂ ਜਾਇਜ਼ ਨਹੀਂ ਕੰਮ ਕਰਦੇ ਨਹੀਂ ਸਹੀ ਗੱਲ ਹੈ ਨਹੀਂ ਜੀ ਕੋਈ ਨਾ ਜੋ ਹੋ ਗਿਆ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਤਾਂ ਡੰਗਰ ਆਇਆ ਮੈਂ ਕੋਈ ਜ਼ਿਆਦਾ ਬਾਲਾ ਨਹੀਂ ਕਰਦਾ ਬਾਲਾ ਨਹੀਂ ਕਿਸੇ ਗੱਲ ਨਹੀਂ ਕਰਦੇ ਸਹੀ ਗੱਲ ਤੇ ਬਾਕੀ ਆ ਥੋੜਾ ਮਹੀਨਾ ਚੱਲਣ ਦਿਆ ਬਾਬੇ ਦਾ ਗੁਰਪੁਰਬ ਦਾ ਹਾਂਜੀ ਹਾਂ ਠੀਕ ਆ ਜੀ ਹਾਂਜੀ ਹਾਂਜੀ ਤੇ ਆਪਾਂ ਬਾਬੇ ਨੂੰ ਯਾਦ ਰੱਖਣਾ ਖੜਾ ਹਾਂ ਸਹੀ ਗੱਲ ਹੈ ਜੀ ਕਿਸੇ ਦੀ ਛਿੱਲ ਨਹੀਂ ਲਾਉਣੀ ਨਹੀਂ ਨਹੀਂ ਬਿਲਕੁਲ ਇਹਦਾ ਟੋਟਲੀ 1,13,000 ਰੁਪਏ ਲਵਾਂਗਾ 1,13,000 ਰੁਪਏ ਬਸ ਠੀਕ ਹੈ ਸਿਰਫ ਪਰਮਾਤਮਾ ਦੀ ਯਾਦ ਹਾਂਜੀ ਹਾਂ ਵਿੱਚੋਂ ਕੋਈ ਖੱਟਣਾ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਝੋਟੀ ਜਿੱਥੇ ਇਹਨੇ ਜਾਊਗੀ ਨਾ ਹਾਂਜੀ ਦੁਨੀਆ ਵੇਖਣ ਆਊਗੀ ਵੀ ਝੋਟੀ ਕਿੱਥੋਂ ਆਈ ਸਹੀ ਸਹੀ ਗੱਲ ਹੈ ਇਹਦਾ ਝੋਟੀ ਦਾ ਮਤਲਬ ਕੱਦ ਬਹੁਤ ਤੁਹਾਨੂੰ ਬਣਤਰ ਵਾ ਝੋਟੀ ਬਿਲਕੁਲ ਜੀ ਬਾਜੀ ਠੀਕ ਹੈ ਜੀ ਬਾਕੀ ਝੋਟੀ ਦੰਦਾਂ 'ਚ ਵਾ ਦੰਦਾਂ 'ਚ ਹਰ ਗੱਲ ਕੁਆਲਿਟੀ ਆ ਹਰ ਮਤਲਬ ਵੀ ਮੈਂ ਕਹਿਣ ਦਾ ਭਾਵ ਵੀ ਬੰਦਾ ਐ ਨਹੀਂ ਕਹਿ ਸਕਦਾ ਵੀ ਸ਼ਕਲ ਵੀ ਆ ਅਕਲ ਵੀ ਆ ਹਾਂ ਦੋਵੇਂ ਚੀਜ਼ਾਂ ਹੀ ਆ ਦੋਵੇਂ ਚੰਨੇ ਚੀਜ਼ਾਂ ਠੀਕ ਹੈ ਜੀ ਮਗਰ ਦੀ ਕੱਟੀ ਹੈ ਕੱਟੀ ਹੈ ਜੀ ਇਹ ਵੀ ਗੱਲ ਕੱਟਾਂ ਹੁੰਦਾ ਚਲੋ ਫੇਰ ਵੀ ਲਾਉਣੀ ਬਿਲਕੁਲ ਜੀ ਬਿਲਕੁਲ ਮਤਲਬ ਹਰ ਕਰਤੂਤ ਹੈਗੀ ਹੈ ਕਰਤੂਤ ਹੈਗੀ ਹੈ ਜੀ ਅਕਲ ਵੀ ਆ ਸ਼ਕਲ ਵੀ ਆ ਹਾਂਜੀ ਮਗਰ ਵੀ ਕੱਟੀ ਹੈ ਦੁੱਧ ਵੀ ਹੈ ਦੁੱਧ ਵੀ ਸਹੀ ਗੱਲ ਹੈ ਜੀ ਠੀਕ ਹੈ ਚਾਰੇ ਚੀਜ਼ਾਂ ਪੂਰੀਆਂ ਹੋ ਜਾਣ ਨਾ ਹਾਂਜੀ ਹਾਂਜੀ ਤੇ ਫੇਰ ਬੰਦੇ ਨੂੰ ਕਹਿੰਦਾ ਭਾਵ ਵੀ ਫਿਰ ਮਤਲਬ ਚੰਗਾ ਹੀ ਡੰਗਰ ਜਾਂਦਾ ਬਿਲਕੁਲ ਜੀ ਇਹੋ ਜੀ ਗੱਲ ਠੀਕ ਹੈ ਜੀ ਤੇ ਉਹਦੇ ਬਾਰੇ ਦੱਸੋ ਅੱਛਾ ਜੀ ਸੰਦੀਪ ਜੀ ਇਹ ਇੱਧਰ ਆ ਜਾਓ ਇਹ ਜੇ ਕੱਟੀ ਇਹ ਵੀ ਪਹਿਲਣੀ ਹੈ ਪਹਿਲਣੀ ਹੈ ਜੀ ਇਹ ਵੀ ਦੰਦਾਂ 'ਚ ਨੇ ਦੰਦਾਂ 'ਚ ਦੇਖੋ ਸਿੰਘ ਨਿੱਕਾ ਹਾਂਜੀ ਹਾਂ ਬਹੁਤ ਠੰਡੀ ਕੱਟੀ ਹੈ ਜੀ ਹਾਂਜੀ ਹਾਂਜੀ ਨਿੱਕਾ ਸਿੰਘ ਜੇ ਕੱਟੀ ਦੇ ਮਗਰ ਇਹਦੇ ਵੀ ਕੱਟੀ ਦੇ ਅੱਛਾ ਇਹਦੇ ਵੀ ਕੱਟੀ ਹੈ ਜੀ ਆਹ ਬੱਚੀ ਜੀ ਇਹਦੇ
ਪਰਸੋਂ ਆਈ ਆ ਦੇਖੋ ਤੇ ਕਹਿੰਦੀ ਜਗ੍ਹਾ ਸੂਈ ਨੂੰ ਆ ਨਾੜੂ ਕੱਚਾ ਨਾੜੂ ਹਾਂ ਨਾੜੂ ਹਾਂ ਜੀ ਹਾਂ ਕੱਚਾ ਨਾੜੂ ਪੱਕਾ ਉਹਨੇ ਕੱਚਾ ਨਾੜੂ ਹਾਂਜੀ ਹਾਂਜੀ ਬਿਲਕੁਲ ਝੋਟੀ ਲੇਵਾ ਦੇਖੋ ਬਹੁਤ ਸੋਹਣੀ ਝੋਟੀ ਹੈ ਜੀ ਬਰੀਕ ਚਮੜੀ ਦੀ ਝੋਟੀ ਜੀ ਬਿਲਕੁਲ ਤਿਆਰ ਹੋ ਗਈ ਨਾ ਸ਼ਾਮਾਂ ਨੂੰ ਹਾਂਜੀ ਹਾਂਜੀ ਭਾਵੇਂ ਇੱਥੇ ਪੈਰ ਆ ਕੇ ਤਾਂ ਚੜ੍ਹ ਜਾਂਦੇ ਨਾ ਇੱਦਾਂ ਦਾ ਚੱਡਾ ਬਣਾ ਇੰਨਾ ਚੱਡਾ ਬਣਾ ਠੀਕ ਹੈ ਜੀ ਮਤਲਬ ਸ਼ਹਿਰੀ ਇੰਨੀ ਕੁ ਹੁੰਦੀ ਆ ਹਾਂਜੀ ਹਾਂਜੀ ਗਾਡਰ ਮਾਰਦੀ ਵੱਢ ਕੇ ਭਾਵੇਂ 50 ਫੁੱਟਾ ਗਾਡਰ ਹੋਵੇ ਭਾਵੇਂ 20 ਫੁੱਟਾ ਭਾਵੇਂ 100 ਫੁੱਟਾ ਸਹੀ ਗੱਲ ਹੈ ਜੀ ਕੱਦ ਝੋਟੀ ਦਾ ਮੀਡੀਅਮ ਹਾਂਜੀ ਪਰ ਦੁੱਧ ਨੂੰ ਤੇ ਚੱਡੇ ਨੂੰ ਬਹੁਤ ਤਕੜੀ ਚੀਜ਼ ਤੇ ਕਿੰਨਾ ਕਰੋ ਜੀ ਦੁੱਧ ਫਿਰ ਇਹ ਮਗਰ ਇਹਦੇ ਵੀ ਕੱਟੀ ਆ ਪਰ ਇਹਦੇ ਮਗਰ ਕੱਟੀ ਜਿਹੜੀ ਸਰਕਾਰੀ ਸਰਕਾਰੀ ਆਪਾਂ ਜਿਹੜੀ ਗੱਲ ਝੂਠ ਨੀ ਬੋਲਣੀ ਸਹੀ ਸਹੀ ਗੱਲ ਹੈ ਐਚਐਲਡੀਵੀ ਜਿਹੜਾ ਸਰਕਾਰੀ ਝੋਟੀ ਬਰੀਡ ਚ ਝੋਟੀ ਝੋਟੀ ਹੁਣ ਪਹਿਲਾਂ ਝੋਟੀ ਆ ਕੋਈ 20 ਦਿਨਾਂ ਬਾਅਦ ਆਪਣੇ ਲੈਣ ਤੇ ਚੜੇ ਹਾਂਜੀ ਹਾਂਜੀ ਫਿਰ ਦਿਖਾਏਗੀ ਆਪਾਂ ਸਹੀ ਗੱਲ ਬਾਕੀ ਝੋਟੀ ਨਸਲ ਜੋ ਤੇ ਕੀ ਬਣਾ ਬਾਜੀ ਫਰੰਡੀ ਬਾਈ ਆਪਾਂ ਕੀਮ ਤੱਕ ਨਜਾਇਜ਼ ਨਹੀਂ ਸਲੀਪ ਜੀ ਕਰਦੇ ਹਾਂਜੀ ਹਾਂਜੀ ਬਿਲ ਕੋਈ ਜੱਜ ਵੀ ਆਪਾਂ ਆਖਣਾ ਵਾ ਇਹਦਾ ਟੋਟਲੀ ਆਪਾਂ 72,000 ਰੁਪਇਆ 72,000 ਕਰਾਉਣ ਨੂੰ ਭਾਵੇਂ 90 ਕਰਾਉਣ ਹਾਂ ਸਹੀ ਗੱਲ ਹੈ ਜੀ 72,000 ਦੇਣੀ ਆ 72,000 ਰੁਪਇਆ ਝੋਟੀ ਛੱਡ ਠੀਕ ਹੈ ਉਹਦੇ ਵਿੱਚ ਉਹਨੇ ਮਾਨ ਕਰਾਂਗੇ ਉਹਦੇ ਮਾਨ ਸਨ ਕਰੋਗੇ ਸਹੀ ਗੱਲ ਹੈ ਜੀ ਕੋਈ ਵੀ ਬੰਦਾ ਮਾੜਾ ਨੀ ਕੰਮ ਕਰਦਾ ਨਹੀਂ ਕਰਦਾ ਜੀ ਹਰ ਬੰਦੇ ਨੂੰ ਚੰਗਾ ਸਮਝਦੇ ਹਾਂਜੀ ਹਾਂਜੀ ਪਰ ਬਾਕੀ ਆਪਾਂ ਆਪਣੀ ਸੋਚ ਆਪਣੀ ਸੋਚ ਸਹੀ ਗੱਲ ਜੋ ਕਿਸੇ ਦੀ ਕੋਈ ਸੋਚ ਕਿਸੇ ਦੀ ਕੋਈ ਸੋਚ ਸਹੀ ਸਹੀ ਗੱਲ ਹੈ ਕੋਈ ਗੱਡੀਆਂ ਚੰਗੀਆਂ ਆਖੇ ਖੁਸ਼ ਹਾਂਜੀ ਉਹਦਾ ਸ਼ੌਂਕ ਭੇ ਚੰਗੇ ਰੱਖੇ ਉਹਦਾ ਸ਼ੌਂਕ ਹਾਂਜੀ ਘੋੜੇ ਚੰਗੇ ਰੱਖੇ ਉਹਦਾ ਸ਼ੌਂਕ ਸਹੀ ਗੱਲ ਹੈ ਅਸੀਂ ਜਿਹਨੇ ਵੀ ਕੋਈ ਮੱਝਾਂ ਚੰਗੀਆਂ ਲਿਆ ਕੇ ਤੇ ਉਹ ਦਈਏ ਕਿਸੇ ਨੂੰ ਸਹੀ ਗੱਲ ਹੈ ਜਾਤ ਕਰੇ ਬੰਦਾ ਜਾਤ ਹੈ ਸਹੀ ਯਾਰ ਕਿ ਕੋਈ ਕਿਸੇ ਨੂੰ ਕੱਪੜੇ ਦਾ ਸ਼ੌਂਕ ਕਿਸੇ ਨੂੰ ਆਪਾਂ ਨੂੰ ਸਾਰੇ ਹੀ ਮਤਲਬ ਓਵਰ ਹਾਲ ਹੀ ਸ਼ੌਂਕ ਹਾਂਜੀ ਹਾਂਜੀ ਸਾਹਮਣੇ ਬਾਬੇ ਦੀ ਕਿਰਪਾ ਨਾਲ ਗੱਡੀਆਂ ਗੁੱਡੀਆਂ ਸਾਰੇ ਖੜੇ ਆ ਸਹੀ ਗੱਲ ਤੇ ਜਦੋਂ ਨਹਾ ਧੋ ਕੇ ਗੇੜਾ ਛੇੜਾ ਵੀ ਮਾਰਨਾ ਪੈਂਦਾ ਹਾਂਜੀ ਮਾਰਨਾ ਪੈਂਦਾ ਸਹੀ ਗੱਲ ਹੈ ਚਲੋ ਚੰਗੀ ਸੋਚ ਰੱਖਣੀ ਚਾਹੀਦੀ ਇਹਦਾ ਮਾੜਾ ਨਹੀਂ ਸੋਚਣਾ ਠੀਕ ਹੈ ਜੀ ਸਹੀ ਗੱਲ ਮੈਂ ਤਾਂ ਗੱਲ ਕਹਿੰਦਾ ਹਾਂਜੀ ਕਿਸੇ ਦਾ ਮਾੜਾ ਸੋਚੋ ਪਰਮਾਤਮਾ ਆਟੋਮੈਟਿਕ ਆਉਂਦਾ ਹੀ ਘੁੰਮ ਘੁੰਮ ਹਾਂ ਤਾਂ ਸਹੀ ਗੱਲ ਹੈ ਜੀ ਠੀਕ ਹੈ ਬਿਲਕੁਲ ਤੁਹਾਨੂੰ ਪਤਾ ਨਹੀਂ ਲੱਗਣਾ ਕਿੱਥੋਂ ਪੈਸਾ ਆਉਂਦਾ ਨਹੀਂ ਆ ਪਤਾ ਪਰਮਾਤਮਾ ਆਟੋਮੈਟਿਕ ਛੁੱਟੀ ਜਾਣੇ ਭਾਈ ਤੂੰ ਬੰਦਾ ਨੀਂਦ ਨਾ ਖਾ ਹਾਂ ਸਹੀ ਗੱਲ ਕਰੋ ਇਹ ਕਰੋ ਸਹੀ ਗੱਲ ਹਾਂਜੀ ਹਾਂਜੀ ਝੂਠ ਬੋਲਾਂ ਨਾਲ ਸੌ ਝੂਠ ਹੋਰ ਬੋਲਾਂ ਬਿਲਕੁਲ ਜੀ ਭਾਜੀ ਝੂਠ ਨਾ ਫਿਰ ਸੰਦੀਪ ਦੀ ਝੂਠ ਰਹਿਣਾ ਸਹੀ ਗੱਲ ਹੈ ਸਹੀ ਗੱਲ ਹੈ ਚੰਗਾ ਕੰਮ ਕਰੋ ਤੁਸੀਂ ਵੇਖੋ ਘਰ ਘਰ ਜਾਣਦੇ ਘਰ ਘਰ ਵੀਡੀਓ ਬਣਾਉਂਦੇ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਆਪਾਂ ਝੋਟੀ ਖਰੀਦ ਸਹੀ ਗੱਲ ਹੈ ਜੀ ਇਹੋ ਕਿਸੇ ਬਰੀਡਰ ਕੋਲ ਝੋਟੀ ਖਰੀਦ ਉਹਨੇ 1,00,000 ਤੇ
ਮਤਲਬ 45,000 ਰੁਪਇਆ ਮੰਗਣਾ ਮੰਗਣਾ ਸਹੀ ਗੱਲ ਹੈ ਜੀ ਠੀਕ ਹੈ ਜੀ ਹਾਂਜੀ ਆਪਾਂ ਟੋਟਲੀ ਤਾਂ ਹੀ 1,13,000 ਹੀ ਮੰਗਿਆ ਵਾ ਹਾਂਜੀ ਵੀ ਜਿੰਨੇ ਦੇ ਉਹਨੇ ਦਿਓ ਹਾਂਜੀ ਸਹੀ ਗੱਲ ਪਰਮਾਤਮਾ ਯਾਦ ਰੱਖੋ ਯਾਦ ਰੱਖੋ ਸਹੀ ਗੱਲ ਹੈ 14 ਲੀਟਰ ਬੋਲਾ ਜਿਹੜਾ ਹਾਂਜੀ ਕੋਈ ਗੱਲ ਹੈ ਨਾ ਨਾ ਬਿਰਲਾ ਬਿਰਲਾ ਸਹੀ ਗੱਲ ਇਹੋ ਅਗਰ ਗਰਮੀ ਉਹ ਹੁੰਦੀ ਤੇ ਹਰਿਆਣੇ ਨੇ ਲੱਗ ਨਹੀਂ ਲੱਗਣ ਦੇਣਾ ਹਾਂਜੀ ਉਹਨੇ 1.5 ਦੀ ਮੈਨੂੰ ਦੇਣੀ ਤੇ ਮੈਂ ਲਿਆ ਕੇ 52 ਦੱਸਣਾ ਹੀ ਹਾਂਜੀ ਉਹ ਪਹਿਣਾ ਰੇਟ ਜ਼ਿਆਦਾ ਹਾਂਜੀ ਹਾਂ ਹੋਰ ਰੇਟ ਨਹੀਂ ਜ਼ਿਆਦਾ ਹਾਂ ਸਹੀ ਗੱਲ ਹੈ ਜੀ ਠੀਕ ਹੈ ਬਿਲਕੁਲ ਜੀ ਮੇਰੀ ਝੋਟੀ ਲਾਓ ਕਿਡਾ ਕਿਡਾ ਮੋਟਾ ਥਣ ਲੱਗਾ ਬਹੁਤ ਬਹੁਤ ਮੋਟਾ ਸਹੀ ਦਿਖੇ ਹਾਂਜੀ ਹਾਂਜੀ ਇੱਥੋਂ ਦੇ ਧਾਰ ਮਾਰੀ ਨਾ ਮੈਂ ਵਾਦੇ ਦਾ ਕਹਿੰਦਾ ਹਾਂਜੀ ਦੇ ਵੇਰਕਾ ਡੇਰੀ ਅੰਮ੍ਰਿਤਸਰ ਨਾਲ ਜਾਵੇ ਤੇ ਮਤਲਬ ਇਹ ਵੀ ਇੰਨੀ ਮੋਟੀ ਤਾਂ ਅੱਛਾ ਜੀ ਮੈਂ ਤਾਂ ਦਮ ਰੱਖਦੀ ਝੋਟੀ ਦਮ ਰੱਖਦੇ ਸਹੀ ਗੱਲ ਬਾਲਟੀ ਥੱਲੇ ਕਰ ਦੂ ਮੈਂ ਕਹਿੰਦਾ ਥੱਲਾ ਕੀ ਪਤਾ ਨਹੀਂ ਆਵਾਜ਼ ਦਿੰਦੀ ਆ ਆਵਾਜ਼ ਦਿੰਦੀ ਆ ਜੀ ਬਾਲਟੀ ਧਾਰ ਵੱਜਦੀ ਆ ਹਾਂਜੀ ਸ਼ਾਂ ਇਦਾਂ ਆਵਾਜ਼ ਆਉਂਦੀ ਆ ਅੱਛਾ ਆਵਾਜ਼ ਆਉਂਦੀ ਆ ਤੂੰ ਪ੍ਰੈਸ਼ਰ ਨਾਲ ਵੱਜਦੀ ਹਾਂਜੀ ਹਾਂ ਧਾਰ ਮੋਟੀ ਆ ਹਾਂਜੀ ਹਾਂ ਬਾਲਟੀ ਥਾਂ ਦੇ ਇੱਕ ਇੱਕ ਫੁੱਟ ਤੇ ਪੂਰਾ ਥਾਂ ਲੱਗਾ ਸਹੀ ਸਹੀ ਗੱਲ ਹੈ ਜੀ ਅਫੀਸ਼ੀਅਲ ਗੱਪ ਹਾਂਜੀ ਜਿੱਦਾਂ ਪੀੜੀ ਹੁੰਦੀ ਇਦਾਂ ਰੱਖ ਲਈ ਬੱਚੀ ਨਹੀਂ ਕੋਈ ਆਦਤ ਕਿਸੇ ਦੀ ਕੋਈ ਮਾੜੀ ਕਿਸੇ ਦੀ ਕੋਈ ਚੰਗੀ ਬਾਕੀ ਇਨਸਾਨ ਸਾਰੇ ਉਸੇ ਰਸਤੇ ਸਾਈ ਵਾਪਸ ਜਾਣਾ ਕੋਈ ਇਮਾਨਦਾਰੀ ਦਾ ਕੰਮ ਕਰੋ ਹਾਂਜੀ ਆਮ ਜਨਤਾ ਨੂੰ ਚੰਗਾ ਲੱਗੇ ਬਿਲਕੁਲ ਚੱਲੀ ਜਾਂਦਾ ਬਾਜੀ ਵਿਹਾਰ ਆ ਜੀ ਇਹ ਠੀਕ ਨੇ ਬਿਲਕੁਲ ਬਾਕੀ ਕੋਈ ਮੇਰਾ ਵੀਰ ਜਿਹੜੇ ਕਮੈਂਟ ਕਮੁੰਟ ਕਰਦੇ ਵੀ ਥੋੜ੍ਹਾ ਜਿਹਾ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਵਾਕਈ ਯਾਰ ਗੱਲ ਸਹੀ ਹੈ ਗੱਲ 'ਚ ਦਮ ਹੈਗਾ ਜਾਂ ਹਾਂਜੀ ਹਾਂਜੀ ਠੀਕ ਹੈ ਬਾਕੀ ਮੈਨੂੰ ਇੰਨਾ ਪਤਾ ਵੀ ਵਿਕਣੀਆਂ ਇੱਦਾਂ ਜਿੱਦਾਂ ਜ਼ਿਆਦਾ ਇੱਕ ਹੀ ਵਿਕਦੀ ਨਾ ਜੰਡਿਆਲੇ ਇੱਦਾਂ ਵਿਕਣੀ ਸਹੀ ਗੱਲ ਹੈ ਜੀ ਹਾਂਜੀ ਐਡੀ ਛੇਤੀ ਹੁਣ 11-21 ਨੂੰ ਬਹੁਤ ਭੱਜ ਕੇ ਪੈਂਦੇ ਟਰਾਲੀ ਡਾਊਨ ਨਹੀਂ ਹੁੰਦੀ ਕਹਿੰਦੇ ਭਾਅ ਜੀ ਰੇਟ ਲਾ ਵੀ ਦਿੱਤਾ ਰੇਟ ਲਾ ਵੀ ਦਿੱਤਾ ਉਹ ਜਿਹੜਾ ਬਿਲਕੁਲ ਜੀ ਜਿੱਥੇ ਖੜ ਕੇ ਮਰਜ਼ੀ 1,25,000 ਦੀ ਝੋਟੀ ਦੇ ਹਾਂਜੀ ਹਾਂ ਸਹੀ ਗੱਲ ਹੈ ਜੀ ਸਚਾਈ ਕਹਿੰਦਾ ਬਿਲਕੁਲ ਕਿੰਨੇ ਦੀ ਆ ਹਾਂਜੀ ਪਰ ਆਪਾਂ ਨਹੀਂ ਆਏ ਨੀ ਜਾਂਦਾ ਆਹ ਮਹੀਨਾ ਬਾਬੇ ਦਾ ਸਹੀ ਬਾਬੇ ਜ਼ਿਆਦਾ ਬਿਲਕੁਲ ਠੀਕ ਹੈ ਜੀ ਬਿਲਕੁਲ ਜੀ ਬਾਕੀ ਮੈਂ 1,25,000 ਕਹਿੰਦਾ ਤੇ 1,25,000 ਦੀ ਝੋਟੀ ਵੇਖਦੀ ਵੇਖਦੀ ਜੀ ਪਰ ਆਪਾਂ 1,13,000 ਦੱਸਿਆ ਸਹੀ ਗੱਲ ਹੈ ਬਿਲਕੁਲ ਜੀ ਮਗਰ ਵੀ ਵੈਰਾਈਟੀ ਵੈਰਾਈਟੀ ਚਲੋ ਚਲੋ ਠੀਕ ਹੈ ਮਾਨ ਨਾਲ 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 ਚਲੋ ਫਿਰ ਐਡਰੈਸ ਬੋਲ ਬਈ ਆਪਣਾ ਸੰਦੀਪ ਜੀ ਐਡਰੈਸ ਜੇ ਆਪਣਾ ਪਿੰਡ ਬਿਠਾ ਹਾਂਜੀ ਡਿਸਟ੍ਰਿਕਟ ਗੁਰਦਾਸਪੁਰ ਠੀਕ ਹੈ ਜੀ ਤਹਿਸੀਲ ਬਟਾਲਾ ਠੀਕ ਹੈ ਜੀ ਨਜ਼ਦੀਕ ਪਿੰਡ ਹਰਚੋਵਾਲ ਹਰਚੋਵਾਲ ਸ਼੍ਰੀ ਹਰਿਮੰਦਰ ਦੇ ਠੀਕ ਹੈ ਜੀ ਜੇ ਕਿਸੇ ਨੇ ਚੰਡੀਗੜ੍ਹ ਤੋਂ ਆਉਣਾ ਵਾਇਆ ਟਾਂਡਾ 16 ਕਿਲੋਮੀਟਰ ਮੇਰੇ ਤੋਂ ਠੀਕ ਹੈ ਜੀ ਜੇ ਕਿਸੇ ਨੇ ਅੰਮ੍ਰਿਤਸਰ ਤੋਂ ਆਉਣਾ ਸਿੱਧਾ ਮਹਿਤਾ ਘੁਮਾਣ ਸ਼੍ਰੀ ਹਰਿਮੰਦਰ ਠੀਕ ਹੈ ਜੀ 60 ਕਿਲੋਮੀਟਰ ਹਾਂਜੀ ਜੇ ਕਿਸੇ ਨੇ ਪਠਾਨਕੋਟ ਤੋਂ ਆਉਣਾ ਸਿੱਧਾ ਹਿੱਟ ਕਰੋ ਗੁਰਦਾਸਪੁਰ ਗੁਰਦਾਸਪੁਰ ਤੋਂ 28 ਕਿਲੋਮੀਟਰ ਮੇਰਾ ਪਿੰਡ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਚੱਲਦਾ ਜੀ ਜਿਹੜੇ ਨੰਬਰ ਹਾਂਜੀ 2 ਨੰਬਰ ਚੱਲਦੇ ਇੱਕ ਸਿੰਪਲ ਨੰਬਰ ਹਾਂਜੀ ਪਹਿਲਾਂ ਮੈਂ ਬੋਲਦਾ ਸਿੰਪਲ ਨੰਬਰ ਠੀਕ ਹੈ ਬੋਲੋ ਜੀ ਸਿੰਪਲ ਨੰਬਰ ਜੇ 73-140 ਹਾਂਜੀ ਸੋਰੀ 73-40-90 ਹਾਂਜੀ 99-71 ਠੀਕ ਹੈ ਜੀ ਦੁਬਾਰਾ ਫਿਰ ਬੋਲਦਾ 73-40-90 ਹਾਂਜੀ 99-71 ਇਹ ਸਿੰਪਲ ਨੰਬਰ ਸਿੰਪਲ ਨੰਬਰ ਠੀਕ ਹੈ ਜੀ ਵਟਸਐਪ ਨੰਬਰ ਦੇ 78-140 ਹਾਂਜੀ 92-104 ਇਹ ਵਟਸਐਪ ਨੰਬਰ 78-140
92104 ਠੀਕ ਹੈ ਜੀ ਇਹ ਜੇ ਬਾਈ ਜੀ ਆਪਣਾ ਵਟਸਐਪ ਨੰਬਰ ਕਿਸੇ ਵੀਰ ਨੇ ਕਿਸੇ ਪਾਸੇ ਮਿਲਣਾ ਹੋਵੇ ਕੋਈ ਗੱਲ ਨਹੀਂ ਫੋਨ ਕਰੋ ਮੈਂ ਹਰ ਬੰਦੇ ਦਾ ਫੋਨ ਅਟੈਂਡ ਕਰਦਾ ਭਾਵੇਂ ਮੈਂ ਕਿੰਨਾ ਬਿਜੀ ਹੋਵਾਂ ਪੱਕਾ ਮੈਂ ਬੰਦੇ ਦਾ ਫੋਨ ਚੱਕ ਕੇ ਸਹੀ 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 ਗੱਲ ਹੈ ਬਿਲਕੁਲ ਮੱਝ ਵੇਖ ਜਾਏਗੀ ਤਾਂ ਵੀ ਦੱਸ ਦਿਆਂਗੇ ਨਹੀਂ ਵੇਖੀ ਤਾਂ ਵੀ ਦੱਸ ਦਿਆਂਗੇ ਬਿਲਕੁਲ ਬਾਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਬਾਕੀ ਮੇਰੇ ਵੀਰ ਦਾ ਮੇਰੇ ਨਾਲ ਥੋੜ੍ਹੀ ਫਿਰ ਜ਼ਿਆਦਾ ਨਾ ਹੋਣਾ ਕਰੇ ਕੋਈ ਭਾਜੀ ਕਿੰਨੇ ਕੀ ਛੱਡੋ ਕਿੰਨੇ ਕੀ ਕਿਉਂਕਿ ਮੈਂ 12-13,000 ਪਹਿਲਾਂ ਛੱਡ ਕੇ ਹੀ ਮੰਗਿਆ ਸਹੀ ਗੱਲ ਹੈ ਬਾਜੀ ਠੀਕ ਹੈ ਜੀ ਸਹੀ ਗੱਲ ਉਹ ਜੇ ਝੋਟੀ ਤੋਂ ਮੈਂ 80 ਮੰਗਦਾ 80 ਮਿਲਦਾ ਹਾਂਜੀ ਹਾਂਜੀ ਤਾਂ ਹੀ 72,000 72 ਸਰ ਜਾਇਜ਼ ਕਮਾਈ ਕਰੋ ਜਾਇਜ਼ ਕਮਾਈ ਬਿਲਕੁਲ ਜੀ ਠੀਕ ਹੈ ਨਾ ਬਿਲਕੁਲ ਜੀ ਇਸ ਕਰਕੇ ਮੇਰੇ ਵੀਰ ਵਧੀਆ ਮਤਲਬ ਆਪਾਂ ਨੇ ਮਾੜਾ ਕਿਸੇ ਨੂੰ ਕਹਿਣਾ ਹਾਂਜੀ ਹਾਂਜੀ ਕੰਮ ਸਾਰੇ ਵਧੀਆ ਕਰਦੇ ਬਿਲਕੁਲ ਜੀ ਜਾਜੂ ਕਰੋ ਜਾਜੂ ਠੀਕ ਹੈ ਠੀਕ ਹੈ ਜੀ ਬਾਕੀ ਤੁਸੀਂ ਮੈਂ ਤਾਂ ਤੁਹਾਨੂੰ ਘਰ ਘਰ ਵੀਡੀਓ ਬਣਾਉਂਦੇ ਹਾਂਜੀ ਹਾਂਜੀ ਆਹੋ ਝੋਟੀ ਦੇ ਅਗਲੇ 1.5 ਲੱਖ ਰੁਪਇਆ ਮੰਗ ਲੈ ਜੀ ਮੰਗ ਲੈ ਬਿਲਕੁਲ ਜੀ ਬਾਜੀ ਬਾਕੀ ਚਲੋ ਵਧੀਆ ਬਹੁਤ ਤੁਹਾਡਾ ਵੀ ਧੰਨਵਾਦ ਠੀਕ ਹੈ ਜੀ ਬਹੁਤ ਮਿਹਰਬਾਨੀ ਇਹ ਪਿੰਡ ਦੇ ਚੌਂ ਦਾ ਆਪਾਂ ਤੁਹਾਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਤੁਹਾਨੂੰ ਚੋਟ ਲੱਗ ਗਈ ਹਾਂਜੀ ਦੁੱਖ ਆਇਆ ਬਚ ਗਏ ਜੀ ਹਾਂਜੀ ਚਲੋ ਕੋਈ ਲੈ ਦਿੱਤਾ ਅੱਗੇ ਆ ਜਾਂਦਾ ਬਿਲਕੁਲ ਜੀ ਬਿਲਕੁਲ ਬੜੀ ਫੀਲਿੰਗ ਆਈ ਹਾਂਜੀ ਬੰਦਾ ਚੰਗਾ ਸੀ ਤੇ ਹਾਂਜੀ ਬਿਲਕੁਲ ਚਲੋ ਪਰਮਾਤਮਾ ਚੰਗਾ ਕੰਮ ਕੀਤਾ ਸਹੀ ਸਹੀ ਭਾਜੀ ਬਚ ਗਏ ਜਿਹੜੇ ਸਾਡੇ ਗਏ ਸੀ ਤੇ ਮੇਰੇ ਸਨ ਐਕਸੀਡੈਂਟ ਜਿਹੜਾ ਹੋਇਆ ਬਜਣਾ ਨਹੀਂ ਥੋੜੀ ਲਗਣਾ ਕੰਮ ਚੱਲ ਗਿਆ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਬਹੁਤ ਬਹੁਤ ਤੁਹਾਡਾ ਕੋਟੀ ਕੋਟੀ ਪ੍ਰਣਾਮ ਠੀਕ ਹੈ ਜੀ ਠੀਕ ਚਲੋ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ